ਯੂਜੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ 'ਤੇ ਕੰਮ ਕਰਦਾ। ਮੈਂ ਆਪਣੇ ਆਫਿਸ ਤੋਂ ਨਿਕਲ ਕੇ ਇਸ ਵੇਲੇ ਘਰ ਨੂੰ ਜਾ ਰਿਹਾ ਸੀਗਾ। ਇਹ ਮੇਰਾ ਰੂਟੀਨ ਰਸਤਾ ਹੈਗਾ ਜੀ। ਤੋ ਇੱਥੇ ਤੱਕ ਜਦੋਂ ਅਸੀਂ ਪਹੁੰਚੇ ਹਾਂ ਤਾਂ ਇੱਕਦਮ ਡੈਸ਼ਬੋਰਡ ਦੇ ਵਿੱਚੋਂ ਹਲਕਾ ਜਿਹਾ ਧੂੰਆਂ ਨਿਕਲਿਆ। ਅਸੀਂ ਇੱਕਦਮ ਗੱਡੀ ਰੋਕ ਲਈ ਤਾਂ ਕਿ ਅਸੀਂ ਦੇਖ ਸਕੀਏ ਵੀ ਕੀ ਹੈਗਾ, ਅਤੇ ਇੱਕਦਮ ਹੀ ਅੱਗ ਜਿਹੜੀ ਹੈ ਨਾ ਉਹ ਭੜਕ ਪਈ ਸੀ। ਕਾਰਨ ਕੀ ਹੋਇਆ, ਜਿਹੜੀ ਅੱਗ ਲੱਗੀ ਹੈ ਕਾਰਨ ਕੀ ਸੀ? ਕਾਰਨ ਪਤਾ ਨਹੀਂ ਜੀ, ਇਹ ਤਾਂ ਹੁਣ ਕੋਈ ਐਕਸਪਰਟ ਹੀ ਦੱਸ ਸਕਦਾ। ਸਾਨੂੰ ਤਾਂ ਇਹ ਲੱਗਦਾ ਵੀ ਬਸ ਅੱਗ ਲੱਗੀ ਅਤੇ ਗੱਡੀ ਗਈ। ਇਲੈਕਟ੍ਰਿਕ ਸ਼ੋਰਟ ਹੋ ਸਕਦਾ ਅੱਜ ਤੱਕ? ਦੇਖੋ ਜੀ, 2014 ਤੋਂ ਇਹ ਗੱਡੀ ਮੇਰੇ ਕੋਲ ਹੀ ਹੈ। ਅਸੀਂ ਇਹਨੂੰ ਡਰਾਈਵ ਕਰਦੇ, ਮੈਂ ਆਪ ਨਹੀਂ ਡਰਾਈਵ ਕਰਦਾ, ਮੇਰੇ ਨਾਲ ਡਰਾਈਵਰ ਹੁੰਦਾ ਮੇਰਾ, ਉਹੀ ਡਰਾਈਵ ਕਰਦਾ ਜੀ। ਅਤੇ ਅੱਜ ਤੱਕ ਕਦੇ ਕੋਈ ਇਸ਼ੂ ਬਣਿਆ ਨਹੀਂ ਗਾ। ਫੁੱਲ ਇੰਸ਼ੋਰਡ ਹੈ, ਅਸੀਂ ਹਰ ਸਾਲ ਇੰਸ਼ੋਰੈਂਸ ਦੀ ਕਰਵਾਈ ਦੀ ਹੈ, ਸਰਵਿਸ ਵੀ ਕਰਵਾਈ ਦੀ ਹੈ ਟਾਈਮਲੀ। ਤੋ ਬਾਕੀ ਹੁਣ ਪਤਾ ਨਹੀਂ ਕੀ ਹੋਏਗਾ ਜੀ, ਆਈ ਡੋਂਟ ਨੋ। ਕਾਰ ਹੈਗੀ ਹੈ ਇੰਡੀਕਾ CS, ਡਰਾਈਵਰ ਜਾ ਰਿਹਾ ਸੀ, ਧੂੰਆਂ ਜਿਹਾ ਦੇਖਿਆ ਨਿਕਲਦਾ ਡੈਸ਼ਬੋਰਡ ਤੋਂ, ਥੱਲੇ ਉੱਤਰ ਕੇ ਦੇਖਿਆ ਤਾਂ ਇੱਕਦਮ ਅੱਗ ਲੱਗੇ ਡਰਾਈਵਰ ਨੂੰ ਦੱਸਿਆ ਮੁਤਾਬਕ। ਕਿੰਨੇ ਲੋਕ ਸੀ ਸਵਾਰ? ਪਤਾ ਲੱਗਿਆ ਇੱਥੇ ਡਰਾਈਵਰ ਦੋ ਤਿੰਨ ਬੰਦੇ ਸਵਾਰ, ਬਚਾਉਣੇ ਜੀ ਉਹਨਾਂ ਦਾ ਬਚਾ। ਹਾਂ, ਬਚਾ ਉਹਨਾਂ ਦਾ ਬਚਾ। ਅਤੇ ਗੱਡੀ, ਗੱਡੀ ਤਾਂ ਸੜ ਗਈ, ਤੁਹਾਡੇ ਸਾਹਮਣੇ ਸਵਾਹ ਹੋ ਗਈ। ਸਵਾਹ ਹੋ ਗਈ, ਹਾਂਜੀ। ਅਤੇ ਕਿੰਨੀ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਪਹੁੰਚਦੀ ਹੈ? ਗੱਡੀ 15 ਕੁ ਮਿੰਟ ਲੱਗ ਗਈ ਗਈ ਨੂੰ। ਠੀਕ ਹੈ, ਤਾਂ ਲੱਗਦਾ ਜੀ ਸੂਚੀ ਪਹਿਲਾਂ ਕਿੱਦਾਂ ਹੁੰਦਾ ਜੇ ਪਹੁੰਚ ਜਾਂਦੇ ਜੀ? ਨਹੀਂ, ਅੱਗ ਤਾਂ ਜੀ ਕੰਮ ਨਹੀਂ ਜੀ, ਪਹਿਲਾਂ ਸੂਚ ਤਾਂ ਪਹਿਲਾਂ ਹੀ ਹੋ ਗਿਆ ਸੀ, ਫਿਰ ਵੀ ਇਹਦਾ 5 ਮਿੰਟ ਦਾ ਹੋ ਗਿਆ ਕੰਮ ਦਾ।